ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਦਾ ਜਾਵੇ, ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਦਾ ਜਾਵੇ। ਮੇਰੇ ਮਨ ਰਮੇ ਹੋਏ ਪਰਮੇਸ਼ਰ ਦਾ ਨਾਮ ਜਪਿਆ ਕਰ, ਹਰੀ ਜਿਹੜਾ ਰੂੜਾ ਸੁੰਦਰ ਹੈ ਉਸ ਦਾ ਨਾਮ ਤੂੰ ਵੀ ਜਪਿਆ ਕਰ। ਮੇਰਾ ਮਨ ਤਨ ਪ੍ਰੀਤ ਲਦਾਈ ਸਤਿਗੁਰ, ਮੇਰੇ ਮਨ ਵਿੱਚ ਵੀ ਮੇਰੇ ਤਨ ਵਿੱਚ ਵੀ ਸਤਿਗੁਰੂ ਜੀ ਨੇ ਪ੍ਰੀਤ ਲਾ ਦਿੱਤੀ ਹੈ। ਕਈ ਕਹਿੰਦੇ ਜੀ ਮਨ ਦੀ ਸਿੱਖੀ ਚਾਹੀਦੀ ਹੈ, ਸੋ ਬਾਹਰੋਂ ਭਾਵੇਂ ਅੰਮ੍ਰਿਤ ਛੱਕ ਕੇ ਰਹਿਤ ਮਰਿਆਦਾ 'ਚ ਪ੍ਰਪੱਕ ਨਾ ਹੀ ਹੋਈਏ, ਬਾਹਰੋਂ ਰਹਿਤ ਮਰਿਆਦਾ ਰੱਖ ਲੈਣੀ ਤਾਂ ਕੋਈ ਸੌਖੀ ਹੈ, ਅੰਦਰੋਂ ਬੜੀ ਔਖੀ ਹੈ। ਸੋ ਪਰ ਜਿਹੜੇ ਬਾਹਰਲੇ ਚਿੰਨ੍ਹ ਹਨ ਖਾਲਸਾ ਜੀ ਧਾਰਮਿਕ ਚਿੰਨ੍ਹ, ਇਹ ਅੰਦਰਲੀ ਮਰਿਆਦਾ ਦੇ ਜਨਾਇਕ ਹਨ, ਪ੍ਰਤੀਕ ਹਨ। ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ ਉਹ ਕਦੇ ਵੀ ਪੰਜਾਂ ਕਾਰਾਂ ਦੀ ਰਹਿਤ ਬਾਹਰੋਂ ਵੀ ਨਹੀਂ ਰੱਖ ਸਕਦੇ। ਹਜ਼ੂਰ ਦੇ ਸ੍ਰੀ ਮੁੱਖ ਵਾਕ ਹਨ, ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ। ਪਹਿਲਾਂ ਧਰਤੀ ਦੇ ਵਿੱਚ ਜੜ ਪੈਦਾ ਹੋਵੇ ਤਾਂ ਉੱਪਰ ਬਿਰਛ ਪੈਦਾ ਹੋ ਕੇ ਛਾਂ ਪੈਦਾ ਕਰਦਾ ਹੈ, ਅਤੇ ਜੇ ਅੰਦਰ ਥੱਲੇ ਧਰਤੀ ਦੇ ਵਿੱਚ ਜੜ ਨਹੀਂ ਤਾਂ ਉੱਪਰ ਬਿਰਛ ਨਹੀਂ ਕਦੇ ਵੀ ਹੋਇਆ। ਇਸ ਵਾਸਤੇ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਮਨ ਦੇ ਸਿੱਖ ਹਾਂ ਜੀ, ਬਾਹਰੋਂ ਭਾਵੇਂ ਨਾ ਵੀ ਹੋਈਏ, ਉਹ ਤੇਰੇ ਮਨ ਦਾ ਤਾਂ ਐਕਸਰੇ ਕਰਨ ਵਾਲਾ ਆਲਾ ਸਾਡੇ ਕੋਲ ਕੋਈ ਨਹੀਂ, ਤੈਨੂੰ ਬਾਹਰੋਂ ਅਸੀਂ ਵੇਖ ਕੇ ਤਾਂ ਥੋੜ੍ਹਾ ਜਿਹਾ ਪ੍ਰਤੀਤ ਕਰ ਸਕਦੇ ਹਾਂ ਕਿ ਤੂੰ ਗੁਰੂ ਕਾ ਸਿੱਖ ਹੈ ਕਿ ਨਹੀਂ। ਅਤੇ ਜੇ ਬਾਹਰੋਂ ਭਾਈ ਤੂੰ ਸਿੱਖੀ ਨੇ ਧਾਰਨ ਕੀਤੀ, ਤੇਰੇ ਹਿਰਦੇ ਅੰਦਰ ਵੀ ਕੋਈ ਸ਼ਰਧਾ ਦੀ ਜੜ ਨਹੀਂ, ਅੰਦਰੋਂ ਵੀ ਤੂੰ ਫੋਕਾ ਅਤੇ ਖਾਲੀ ਹੈ, ਇਸ ਵਾਸਤੇ ਜੇ ਅੰਦਰੋਂ ਤੇਰੇ ਸ਼ਰਧਾ ਅਤੇ ਬਾਹਰੋਂ ਇਹ ਚਿੰਨ੍ਹ ਧਾਰਨ ਕਰਨ ਲੱਗਿਆ ਤੈਨੂੰ ਕੀ ਔਖੇ ਨੇ। ਇਸ ਵਾਸਤੇ ਬਾਹਰਲੇ ਜਿਹੜੇ ਧਾਰਮਿਕ ਚਿੰਨ੍ਹ ਨੇ ਇਹ ਅੰਦਰਲੀ ਸ਼ਰਧਾ ਅਤੇ ਭਾਵਨਾ ਦੇ ਜਨਾਇਕ ਨੇ, ਸੂਚਕ ਨੇ, ਜਣਾਉਂਦੇ ਨੇ ਕਿ ਇਹਦੇ ਅੰਦਰ ਵੀ ਗੁਰੂ ਕੀ ਸਿੱਖੀ ਹੈ, ਇਹਦੇ ਅੰਦਰ ਵੀ ਭਾਵਨਾ ਹੈ। ਇਸ ਵਾਸਤੇ ਬਾਹਰੋਂ ਵੀ ਗੁਰੂ ਕੀ ਸਿੱਖੀ ਧਾਰਨ ਕਰਨੀ, ਅੰਦਰੋਂ ਵੀ ਧਾਰਨ ਕਰਨੀ ਹੈ, ਗੁਰੂ ਕੀ ਮਰਿਆਦਾ ਹੈ। ਜੇ ਕੇਵਲ ਬਾਹਰੋਂ ਕੋਈ ਚਿੰਨ੍ਹ ਧਾਰਨ ਕਰੀ ਰੱਖੇ, ਅੰਦਰ ਸ਼ਰਧਾ ਅਤੇ ਭਾਵਨਾ ਨਹੀਂ, ਤਾਂ ਉਹਨਾਂ ਧਾਰਮਿਕ ਚਿੰਨ੍ਹਾਂ ਨੂੰ ਵੀ ਸਤਿਗੁਰੂ ਜੀ ਨੇ ਪਖੰਡ ਕਹਿ ਕੇ ਉਹਨਾਂ ਦਾ ਵੀ ਖੰਡਨ ਕੀਤਾ ਹੈ। ਇਸ ਵਾਸਤੇ ਬਾਹਰੋਂ ਵੀ ਸ਼ਰਧਾ ਅਤੇ ਅੰਦਰੋਂ ਵੀ ਸ਼ਰਧਾ ਹੋਵੇ, ਇੱਕੋ ਜਿਹਾ ਜੀਵਨ ਹੋਵੇ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਿਆ ਨਾਈ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ ਕਹਿ ਨਾਨਕ, ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਇਸ ਵਾਸਤੇ ਸਾਡੇ ਮਨ ਵਿੱਚ ਵੀ, ਸਾਡੇ ਤਨ ਵਿੱਚ ਵੀ ਪ੍ਰੀਤ ਲਾ ਦਿੱਤੀ ਹੈ, ਮਨੋਂ ਵੀ ਸਿੱਖੀ ਧਾਰਨ ਕੀਤੀ ਹੈ, ਸਰੀਰਕ ਤੌਰ 'ਤੇ ਵੀ ਰਹਿਤ ਮਰਿਆਦਾ 'ਚ ਦ੍ਰਿੜ ਅਤੇ ਪ੍ਰਪੱਕ ਹਾਂ।